ਜਸਵਿੰਦਰ ਸਿੰਘ ਜੀ ਨੇ ਆਪਣਾ ਸਿਮਰਨ ਪ੍ਰੈਕਟੀਕਲ ਆਪਣੇ ਨਾਲ ਸ਼ੇਅਰ ਕੀਤਾ ਹੈ, ਆਪਾਂ ਉਸ ਦੇ ਬਾਰੇ ਵਿਚਾਰ ਕਰਦੇ ਹਾਂ। ਮਨ ਦੇ ਵਿੱਚ ਕਿਵੇਂ ਇੱਕ ਵਿਚਾਰ ਆਉਣ 'ਤੇ ਉਹ ਵਿਚਾਰ, ਜ਼ਰੂਰੀ ਨਹੀਂ ਕਿ ਆਪਾਂ ਰਸਨਾ ਤੋਂ ਬੋਲਿਆ, ਕਿਸੇ ਨੂੰ ਕਿਹਾ, ਉਹ ਵਿਚਾਰ ਸਾਡੇ ਅੰਦਰ ਹੀ ਇੱਕ ਫੁਰਨਾ ਆਉਣ 'ਤੇ ਬਿਨਾਂ ਬੋਲੇ ਜੋ ਸਾਡੇ ਅੰਦਰ ਫੁਰਨੇ ਚੱਲਦੇ ਆ, ਜੋ ਸੂਖਮ ਹੁੰਦੇ ਆ, ਉਹ ਫੁਰਨਾ ਆਉਣ 'ਤੇ ਕਿਵੇਂ ਸਾਡੀ ਅਵਸਥਾ ਥੱਲੇ ਆ ਜਾਂਦੀ ਆ, ਕਿਵੇਂ ਕੀਤੇ ਕਿਰਾਏ ਦੇ ਉੱਤੇ ਪਾਣੀ ਫਿਰ ਜਾਂਦਾ, ਅਤੇ ਇਸ ਚੀਜ਼ ਤੋਂ ਆਪਾਂ ਕਿਵੇਂ ਬਚਣਾ ਆ। ਮਹਾਰਾਜ ਕਹਿੰਦੇ ਜੇ ਤੁਸੀਂ ਸੱਚੀ ਸੁੱਖ ਲੈਣਾ ਚਾਹੁੰਦੇ ਆ ਤਾਂ ਆਪਣੇ ਜੀਵਨ ਦੇ ਵਿੱਚ ਨਿਮਾਣੇ, ਨਿਤਾਣੇ, ਨਿਰਾਸਰੇ ਬਣ ਕੇ ਉਸ ਮਾਲਕ ਦਾ ਓਟ ਆਸਰਾ ਲੈਣਾ। ਹੁਣ ਅਸੀਂ ਵੇਖੀਏ ਕਿ ਅਸੀਂ ਓਟ ਆਸਰਾ ਲੈਂਦੇ ਹਾਂ ਮਾਲਕ ਦਾ, ਜਾਂ ਅਸੀਂ ਕਿਸ ਦਾ ਓਟ ਆਸਰਾ ਲਿਆ। ਜੇ ਬੱਚੇ ਆ ਤਾਂ ਉਹਨਾਂ ਨੂੰ ਆਪਣੇ ਦੁਨਿਆਵੀ ਮਾਤਾ ਪਿਤਾ ਦਾ ਓਟ ਆਸਰਾ ਹੈ, ਉਹ ਸਮਝਦੇ ਨੇ ਕਿ ਇਹ ਮੇਰੇ ਲਈ ਸਭ ਕੁਝ ਨੇ। ਜੇ ਮਾਂ ਪਿਓ ਨੇ, ਬਜ਼ੁਰਗ ਨੇ, ਤਾਂ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਬੱਚਿਆਂ ਦਾ ਸਾਡੇ ਉੱਤੇ ਅਹਿਸਾਨ ਹੈ, ਓਟ ਆਸਰਾ ਹੈ ਕਿ ਬੱਚੇ ਸਾਡੇ ਕਮਾਉਂਦੇ ਨੇ ਤਾਂ ਅਸੀਂ ਖਾਂਦੇ ਹਾਂ, ਇੱਕ ਦੂਸਰੇ ਦਾ ਸਾਨੂੰ ਆਸਰਾ ਆ। ਹੁਣ ਗੁਰਬਾਣੀ ਤਾਂ ਆਪਾਂ ਨੂੰ ਸਭ ਨੂੰ ਇਹ ਸਮਝਾਉਂਦੀ ਆ ਕਿ ਆਪਣੇ ਜੀਵਨ ਦੇ ਵਿੱਚ ਉਸ ਮਾਲਕ ਦੇ ਅੱਗੇ ਨਿਮਾਣੇ ਰਹਿਣਾ ਆ, ਨਿਮਾਣੇ, ਨਿਤਾਣੇ, ਨਿਰਾਸਰੇ। ਫਿਰ ਮਾਲਕ ਨੂੰ ਕਹਿਣਾ ਆ ਕਿ ਤੁਸੀਂ ਮੇਰੀ ਬਾਂਹ ਫੜੋ। ਹੁਣ ਜਦ ਤੱਕ ਇਹ ਅੰਦਰੋਂ ਮਨ ਦੇ ਹਿਰਦੇ ਦੇ ਵਿੱਚੋਂ ਇੰਨੀ ਗੱਲ ਨਹੀਂ ਕਹਿੰਦਾ ਤਾਂ ਇਹ ਵਿਚਾਰਾਂ ਦੇ ਵਿੱਚ ਖੱਪ ਹੁੰਦਾ ਰਹੇਗਾ। ਅਤੇ ਜੋ ਆਪਾਂ ਨੂੰ ਅੱਜ ਜਸਵਿੰਦਰ ਸਿੰਘ ਜੀ ਨੇ ਆਪਣਾ ਸਿਮਰਨ ਪ੍ਰੈਕਟੀਕਲ ਸ਼ੇਅਰ ਕੀਤਾ ਹੈ, ਉਹ ਵੀ ਇੱਕ ਵਿਚਾਰ ਆਉਣ ਕਰਕੇ ਉਹ ਖੇਡ ਉਹਨਾਂ ਦਾ ਰੁਕ ਗਿਆ। ਉਹਨਾਂ ਨੇ ਕੀ ਆਪਣੇ ਨਾਲ ਸ਼ੇਅਰ ਕੀਤਾ? ਵੀਰ ਜੀ, ਮੇਰੇ 'ਤੇ ਵੀ ਗੁਰੂ ਦੀ ਕਿਰਪਾ ਹੋਈ ਹੈ, ਮੈਨੂੰ ਵੀ ਪ੍ਰਕਾਸ਼ ਦੇ ਦਰਸ਼ਨ ਹੋਏ ਹਨ। ਮੇਰੇ ਨਾਲ ਇੱਕ ਹੀ ਸੈਕਿੰਡ ਦੇ ਵਿੱਚ 4 ਚੀਜ਼ਾਂ ਵਰਤੀਆਂ, ਪ੍ਰਕਾਸ਼, ਗੁਰਮੰਤਰ, ਠੰਡ। ਸਰੀਰ ਨੂੰ ਕਹਿੰਦੇ ਇੱਦਾਂ ਲੱਗਾ ਜਿੱਦਾਂ ਏਸੀ ਚੱਲਦਾ ਹੁੰਦਾ। ਇੱਕ ਫੁਰਨਾ ਆਇਆ ਕਿ ਪਰਮਾਤਮਾ ਹਰ ਪਾਸੇ ਹੈ, ਅਤੇ ਕਹਿੰਦੇ ਇਸ ਤੋਂ ਬਾਅਦ ਉਹਨਾਂ ਦੀ ਲਿਵ ਲੱਗ ਗਈ, ਸ਼ਬਦ ਸੁਰਤੀ ਦਾ ਮੇਲ ਹੋ ਗਿਆ। ਇੱਕ ਹੀ ਸੈਕਿੰਡ ਵਿੱਚ ਮਨ ਦੇ ਵਿੱਚ ਵਿਚਾਰ ਆ ਗਿਆ। ਮਨ ਵਿੱਚ ਵਿਚਾਰ ਕਹਿੰਦੇ ਕੀ ਆਇਆ ਕਿ ਲੋਕਾਂ ਨੂੰ ਤਾਂ ਬਹੁਤ ਸਮਾਂ ਲੱਗ ਜਾਂਦਾ ਕਿਰਪਾ ਹੋਣ 'ਤੇ, ਮੇਰੇ 'ਤੇ ਬਹੁਤ ਛੇਤੀ ਕਿਰਪਾ ਹੋ ਗਈ। ਇਸ ਵਿਚਾਰ ਨੇ ਕਹਿੰਦੇ ਮੇਰੀ ਲਿਵ ਨੂੰ ਤੋੜ ਦਿੱਤਾ। ਸੁਰਤ ਸੀ ਜੋ ਜੁੜੀ ਸੀ, ਜੋ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਗਈ ਸੀ, ਉਹ ਫਿਰ ਕਿੱਥੇ ਆ ਗਈ? ਤ੍ਰਿਲੋਕੀ ਦੇ ਵਿੱਚ ਆ ਗਈ। ਉਸ ਤੋਂ ਬਾਅਦ ਕਹਿੰਦੇ ਘਬਰਾਹਟ ਹੋਈ, ਮੇਰੇ ਹੱਥਾਂ ਪੈਰਾਂ ਦੇ ਵਿੱਚੋਂ ਜਿਵੇਂ ਕਹਿੰਦੇ ਜਾਨ ਨਿਕਲ ਗਈ। ਇਸ ਤੋਂ ਬਾਅਦ ਉਹ ਆਪਣਾ ਨਾਮ ਲਿਖਦੇ ਨੇ ਜਸਵਿੰਦਰ ਸਿੰਘ ਜੀ। ਹੁਣ ਇੱਥੇ ਆਪਾਂ ਇਹਨਾਂ ਦੇ ਪ੍ਰੈਕਟੀਕਲ ਦੇ ਵਿੱਚ ਹੋਰ ਕੁਝ ਨਹੀਂ ਵੇਖਣਾ ਕਿ ਇਹਨਾਂ ਨੂੰ ਪ੍ਰਕਾਸ਼ ਦੇ ਦਰਸ਼ਨ ਹੋਏ, ਇਹਨਾਂ ਦੀ ਇੱਕ ਸੈਕਿੰਡ ਦੇ ਵਿੱਚ ਹੀ ਲਿਵ ਲੱਗ ਗਈ, ਇਹਨਾਂ ਦਾ ਠੰਡਾਪਨ ਇਹਨਾਂ ਨੂੰ ਮਹਿਸੂਸ ਹੋਇਆ, ਹੈ ਨਾ, ਅਤੇ ਇਹਨਾਂ ਨੂੰ ਹਰ ਪਾਸੇ ਮਾਲਕ ਮਹਿਸੂਸ ਹੋਏ। ਆਪਾਂ ਇੱਥੇ ਸਿਰਫ ਇੱਕ ਗੱਲ ਨੋਟ ਕਰਨੀ ਹੈ ਕਿ ਇਹਨਾਂ ਦੇ ਮਨ ਦੇ ਵਿੱਚ ਲਿਵ ਲੱਗਣ ਤੋਂ ਬਾਅਦ ਵੀ ਇੱਕ ਫੁਰਨਾ ਆ ਗਿਆ ਕਿ ਮੇਰੇ ਉੱਤੇ ਤਾਂ ਪਰਮਾਤਮਾ ਦੀ ਬੜੀ ਜਲਦੀ ਕਿਰਪਾ ਹੋ ਗਈ, ਜੋ ਬਾਕੀ ਜੀਵ ਨੇ ਉਹ ਤਾਂ ਬਹੁਤਾ ਸਮਾਂ ਲੱਗੇ ਰਹਿੰਦੇ ਨੇ, ਇੰਨੀ ਜਲਦੀ ਕਿਰਪਾ ਨਹੀਂ ਹੁੰਦੀ। ਇਸ ਪੁਆਇੰਟ ਨੂੰ ਆਪਾਂ ਫੜਨਾ ਹੈ। ਇਹ ਕਿਹੜਾ ਪੁਆਇੰਟ ਹੈ? ਮਹਾਰਾਜ ਕਹਿੰਦੇ ਵਿਚਾਰ ਮਾਰੇ ਤਰੇ ਤਾਰੇ, ਉਲਟ ਜੋਨ ਨਾ ਆਵੇ। ਲਓ ਜੀ,
ਆਪਾਂ ਗੁਰੂ ਸਾਹਿਬ ਜੀ ਤੋਂ ਪੁੱਛਿਆ ਕਿ ਸਾਡੇ ਅੰਦਰ ਇਹ ਵਿਚਾਰ ਆ ਗਿਆ, ਹੁਣ ਕੀ ਕਰੀਏ? ਮਹਾਰਾਜ ਕਹਿੰਦੇ, ਵਿਚਾਰ ਮਾਰੇ ਤਰੇ ਤਾਰੇ ਉਲਟ ਜੋਨ ਨਾ ਆਵੇ। ਮਹਾਰਾਜ ਕਹਿੰਦੇ, ਤੁਸੀਂ ਆਪਣੇ ਵਿਚਾਰਾਂ ਨੂੰ ਖਤਮ ਕਰ ਲਓ, ਬਸ ਇੰਨਾ ਕੰਮ ਕਰ ਲਓ, ਵਿਚਾਰਾਂ ਨੂੰ ਖਤਮ ਕਰ ਲਓ। ਹੁਣ ਇਹ ਸੰਸਾਰ ਦਾ ਸਾਰਾ ਖੇਡ ਕਾਹਦੇ ਨਾਲ ਚੱਲਦਾ? ਵਿਚਾਰਾਂ ਦੇ ਨਾਲ। ਜੇ ਸਾਡੇ ਸੰਬੰਧ ਬਣੇ ਆ ਮਾਂ ਪਿਓ, ਭੈਣ ਭਰਾ, ਦੋਸਤ ਮਿੱਤਰ, ਹਸਬੈਂਡ ਵਾਈਫ, ਕਿਸੇ ਨਾਲ ਵੀ, ਜੇ ਅਸੀਂ ਬਿਜ਼ਨਸ ਵੀ ਕਰਦੇ ਹਾਂ, ਧੋਖਾ ਵੀ ਕਰਦੇ ਹਾਂ, ਉਹ ਵੀ ਇੱਕ ਵਿਚਾਰ ਦੇ ਨਾਲ ਰਿਸ਼ਤਾ ਚੱਲਦਾ ਹੈ। ਸੋਚ ਕੇ ਵੇਖਣਾ ਕਿ ਵਿਚਾਰਾਂ ਦੇ ਨਾਲ ਸਾਡਾ ਇਹ ਦੇਸ਼ ਚੱਲ ਰਿਹਾ ਹੈ। ਹੁਣ ਮਹਾਰਾਜ ਕਹਿੰਦੇ ਕਿ ਜੇ ਉਹ ਜੋ ਭਗਤੀ ਹੈ ਉਹ ਵਿਚਾਰ ਰਹਿਤ ਹੋ ਕੇ ਸ਼ੁਰੂ ਹੋਣੀ ਹੈ, ਉਹ ਦਸਮ ਦੁਆਰ 'ਤੇ ਬੈਠ ਕੇ ਜਦੋਂ ਮਨ ਉਸ ਨਾਮ ਨੂੰ ਸੁਣਦਾ ਆ ਤਾਂ ਉਹ ਭਗਤੀ ਸ਼ੁਰੂ ਹੁੰਦੀ ਹੈ। ਇਹਨਾਂ ਵਿਚਾਰਾਂ ਨੂੰ ਮਾਰਨ ਵਾਸਤੇ ਵਾਹਿਗੁਰੂ ਗੁਰਮੰਤਰ ਦਾ ਵੱਧ ਤੋਂ ਵੱਧ ਅਭਿਆਸ ਕਰਨਾ ਚਾਹੀਦਾ। ਇਹ ਜੋ ਵਿਚਾਰ ਮਰਨੇ ਨੇ, ਇਹ ਗੁਰਮੰਤਰ ਦੀ ਮਿਹਨਤ ਨਾਲ ਮਰਨੇ ਨੇ। ਹੁਣ ਜਿੰਨਾ ਜਸਵਿੰਦਰ ਜੀ ਉਹਨਾਂ ਨੂੰ ਇਹ ਅਨੁਭਵ ਹੋਇਆ, ਇੰਨਾ ਵਿਚਾਰ ਰਹਿਤ ਹੋ ਕੇ ਹੀ ਹੋਇਆ। ਜੇ ਵਿਚਾਰਾਂ 'ਚ ਹੁੰਦੇ ਤਾਂ ਇੰਨਾ ਅਨੁਭਵ ਵੀ ਨਹੀਂ ਹੋਣਾ ਸੀ। ਹੁਣ ਉੱਥੇ ਤੱਕ ਜਾ ਕੇ ਵੀ ਕਾਲ ਦੇਖੋ ਸ਼ਰਾਰਤਾਂ ਕਿਵੇਂ ਕਰਦਾ, ਕਾਲ ਦੇ ਪੰਜ ਨੁਮਾਇੰਦੇ ਪਿੱਛਾ ਨਹੀਂ ਛੱਡਦੇ, ਬੈਠੇ ਹੋਏ ਨੂੰ ਵੀ ਇਹ ਫੁਰਨਾ ਦਿੰਦੇ ਨੇ ਕਿ ਇਸ ਬੰਦੇ ਨੂੰ ਅਸੀਂ ਛੱਡੀਏ ਨਾ, ਜੁਗਾਂ ਜੁਗਾਂ ਦਾ ਅਸੀਂ ਇਸ ਬੰਦੇ ਨੂੰ ਫੜ ਕੇ ਰੱਖਿਆ ਆ ਅਤੇ ਹੁਣ ਇਹ ਸਾਡੇ ਹੱਥੋਂ ਕਿਉਂ ਨਿਕਲਣ ਲੱਗਾ ਹੈ? ਵਾਹਿਗੁਰੂ ਜੀ, ਜੇ ਸਾਡਾ ਮਨ ਵਿਚਾਰਾਂ ਦੇ ਵਿੱਚ ਹਜੇ ਕਮਜ਼ੋਰ ਹੈ ਤਾਂ ਇਸ ਦੇ ਨਾਲ ਅਜਿਹਾ ਹੀ ਹੋਵੇਗਾ। ਇਹਨੂੰ ਚੰਗੀ ਤਰ੍ਹਾਂ ਕੁੱਟਣ ਤੋਂ ਬਾਅਦ ਜਦੋਂ ਆਪਾਂ ਧਿਆਨ 'ਚ ਬੈਠਾਂਗੇ ਫਿਰ ਇਹ ਸੁੰਨ ਦੇ ਵਿੱਚ ਸਮਾਵੇਗਾ। ਹੁਣ ਫੁਰਨਾ ਵੀ ਕਾਹਦਾ ਆਇਆ? ਇੱਕ ਹੰਕਾਰ, ਸੂਖਮ ਹੰਕਾਰ। ਹੰਕਾਰ ਕਾਹਦਾ? ਕਿ ਮੇਰੇ ਉੱਤੇ ਬੜੀ ਜਲਦੀ ਕਿਰਪਾ ਹੋ ਗਈ, ਦੂਸਰੇ ਜੀਵਾਂ ਦੇ ਉੱਤੇ ਇੰਨੀ ਜਲਦੀ ਕਿਰਪਾ ਨਹੀਂ ਹੁੰਦੀ। ਇੱਥੇ ਹੁਣ ਅਸੀਂ ਨਿਮਾਣੇ ਨਹੀਂ ਬਣੇ, ਫਿਰ ਮਨ ਨੇ ਚਲਾਕੀ ਖੇਡੀ ਅਤੇ ਮਾਲਕ ਬਿਨ ਬੋਲੇ ਸਭ ਕੁਝ ਜਾਣਦੇ ਆ ਕਿ ਕਿਹਦੇ ਅੰਦਰ ਕੀ ਚੱਲਦਾ ਹੈ। ਸਾਡੇ ਸਰੀਰ ਦੇ ਵਿੱਚ ਹੀ ਲੋਕ ਅਤੇ ਪਰਲੋਕ ਦੀ ਹੱਦ ਆ। ਹੁਣ ਜਿਵੇਂ ਆਪਾਂ ਵਾਹਿਗੁਰੂ ਗੁਰਮੰਤਰ ਨੂੰ ਦ੍ਰਿੜ ਕਰਦੇ ਹਾਂ, ਉਹ ਸਾਨੂੰ ਇਸ ਲੋਕ ਦੇ ਵਿੱਚੋਂ ਕੱਢ ਕੇ ਪਰਲੋਕ ਦੇ ਦਰ 'ਤੇ ਛੱਡ ਦਿੰਦਾ। ਉਸ ਤੋਂ ਅੱਗੇ ਸ਼ਬਦ ਚੱਲਦਾ ਹੈ, ਆਪਾਂ ਉਹਦਾ ਓਟ ਆਸਰਾ ਲੈਣਾ। ਹੁਣ ਜੇ ਸਾਡੇ ਹਜੇ ਵਿਚਾਰ ਹੀ ਨਹੀਂ ਰੁਕੇ ਅਤੇ ਜੇ ਲਗਾਤਾਰ ਸਾਡੇ ਵਿਚਾਰ ਅਸੀਂ ਵਿਚਾਰਾਂ ਦੇ ਵਿੱਚ ਰਹੇ ਤਾਂ ਫਿਰ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਸਾਡੇ ਵਿਚਾਰ ਰੁਕਣੇ ਨਹੀਂ। ਇਹਨਾਂ ਨੂੰ ਰੋਕਣ ਵਾਸਤੇ ਸਾਨੂੰ ਬਹੁਤ ਜ਼ਿਆਦਾ ਸਹਿਜ ਦੀ ਲੋੜ ਪਵੇਗੀ। ਦਿਨ ਸਮੇਂ ਵੀ ਅਸੀਂ ਘੱਟ ਤੋਂ ਘੱਟ ਵਿਚਾਰ ਲੈਣੇ ਆ ਜਿੰਨੇ ਕੁ ਸਾਨੂੰ ਵਿਚਾਰਾਂ ਦੀ ਲੋੜ ਆ, ਵਾਧੂ ਵਿਚਾਰਾਂ ਨੂੰ ਅਸੀਂ ਛੱਡ ਦੇਣਾ। ਅਤੇ ਕਾਲ ਤਾਂ ਸਾਡੇ ਮਨ ਦੇ ਉੱਤੇ ਹਮੇਸ਼ਾ ਜਾਲ ਪਾ ਕੇ ਰੱਖਦਾ, ਇਹ ਜਾਲ ਸਾਨੂੰ ਕੱਟਣਾ ਆਉਣਾ ਚਾਹੀਦਾ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਸੰਗਤ ਜੀ, ਜੇ ਤਾਂ ਮਨ ਇਸ ਨੂੰ ਸੁਣਦਾ ਪਿਆ ਤਾਂ ਸਮਝੋ ਗੱਲ ਬਣ ਰਹੀ ਆ। ਜੇ ਮਨ ਸੁਣਦਾ ਪਿਆ, ਜੇ ਨਹੀਂ ਸੁਣਦਾ ਪਿਆ ਫਿਰ ਨਹੀਂ ਗੱਲ ਬਣਨੀ। ਮਨ ਨੂੰ ਕੁੱਟਣ ਦਾ ਵੀ ਤਰੀਕਾ ਆ। ਜੇ ਵਿਚਾਰ ਜ਼ਿਆਦਾ ਤੰਗ ਕਰਦੇ ਆ, ਹਜੇ ਸੂਖਮ ਵਿਚਾਰ ਵੀ ਆ ਰਹੇ ਆ, ਤਾਂ ਪਹਿਲਾਂ ਉੱਚੀ ਬੋਲ ਕੇ ਅਭਿਆਸ ਕਰ ਲੈਣਾ। ਉੱਚੀ ਬੋਲ ਕੇ ਅਭਿਆਸ ਕਰਨ ਨਾਲ ਜਲਦੀ ਠੱਲ ਪੈਂਦੀ ਆ। ਫਿਰ ਜਦੋਂ ਪਤਾ ਲੱਗ ਗਿਆ ਕਿ ਵਿਚਾਰ ਹੁਣ ਕੁਛ ਕੰਟਰੋਲ 'ਚ ਆਉਣੇ ਸ਼ੁਰੂ ਹੋ ਗਏ, ਹੁਣ ਮਨ ਖਾਲੀ ਰਹਿਣਾ ਸ਼ੁਰੂ ਹੋ ਗਿਆ, ਫਿਰ ਆਵਾਜ਼ ਨੂੰ ਆਪਾਂ ਘਟਾ ਲੈਣਾ। ਉਹ ਘਟਾਉਣ ਤੋਂ ਬਾਅਦ ਵੀ ਆਪਾਂ ਹਜੇ ਸਿਮਰਨ ਬੰਦ ਨਹੀਂ ਕਰਨਾ,
ਇਹਨੂੰ ਲੈ ਜਾਣਾ ਰੋਮ ਰੋਮ ਦੇ ਵਿੱਚ, ਫਿਰ ਸੁਰਤੀ ਨਾਲ ਜਾਪ ਚਲਾਉਣਾ। ਜਦੋਂ ਸੁਰਤੀ ਦੇ ਨਾਲ ਜਾਪ ਚੱਲੇਗਾ ਫਿਰ ਜਿੰਨੇ ਸਾਡੇ ਸਰੀਰ ਦੇ ਰੋਮ ਨੇ ਉਹ ਸਾਰੇ ਹੀ ਜਾਪ ਕਰਨਗੇ। ਸਾਡੇ ਮਨ ਅਤੇ ਤਨ ਦਾ ਕਲੇਸ਼ ਕੱਟੇਗਾ, ਸਾਡੇ ਮਨ ਅਤੇ ਤਨ ਦੇ ਵਿੱਚ ਜਿੰਨੇ ਵੀ ਜਾਲ ਪਏ ਨੇ ਜਾਲ ਦੇ ਉਹ ਸਭ ਕੱਟੇ ਜਾਣਗੇ। ਮਨ ਵੀ ਰਿਲੈਕਸ ਅਤੇ ਤਨ ਵੀ ਰਿਲੈਕਸ। ਹੁਣ ਇਹ ਰਿਲੈਕਸ ਹੋ ਗਿਆ, ਇਹਨੂੰ ਹੁਣ ਪਾਉਣ ਤੋਂ ਵੱਖ ਕਰਨਾ। ਪਾਉਣ ਤੋਂ ਵੱਖ ਕਿਵੇਂ ਕਰਨਾ? ਅਨਹਦ ਸ਼ਬਦਾਂ ਨੂੰ ਸੁਣਨਾ। ਜੋ ਵਾਹਿਗੁਰੂ ਗੁਰਮੰਤਰ ਨੇ ਇਸ ਮਨ ਨੂੰ ਲੋਕ ਦੇ ਵਿੱਚੋਂ ਕੱਢ ਕੇ ਪਰਲੋਕ ਦੀ ਹੱਦ 'ਤੇ ਪਹੁੰਚਾ ਦਿੱਤਾ, ਹੁਣ ਆਪਾਂ ਆਸਰਾ ਲੈਣਾ ਹੈ ਅਨਹਦ ਸ਼ਬਦਾਂ ਦਾ, ਸੱਚੇ ਸ਼ਬਦ ਦਾ, ਸ਼ਬਦ ਗੁਰੂ ਦਾ। ਸ਼ਬਦ ਗੁਰੂ ਦੇ ਵਿੱਚ ਜਿਵੇਂ ਜਿਵੇਂ ਅਸੀਂ ਸੇਵਾ ਕਰਾਂਗੇ ਤਿਉਂ ਤਿਉਂ ਮਨ ਸਮਾਉਂਦਾ, ਅਤੇ ਇੱਕਦਮ ਵੀ ਨਹੀਂ ਸਮਾਉਂਦਾ। ਵਾਰ ਵਾਰ ਇਹਨੂੰ ਪਹਿਲਾਂ ਸੁਣ ਦੇ ਵਿੱਚ ਲਿਜਾਣਾ ਅਤੇ ਫਿਰ ਇਹਨੇ ਸਮਾਉਣਾ। ਇਹ ਵਾਰ ਵਾਰ ਪ੍ਰੈਕਟਿਸ ਕਰਨੀ ਪੈਣੀ। ਸਮਾਉਣ ਤੋਂ ਬਾਅਦ ਸੁਣ ਦੇ ਵਿੱਚ ਧਿਆਨ ਦੁਆਰਾ ਜਾਗਣਾ ਹੁੰਦਾ, ਇਹ ਉਸ ਤੋਂ ਬਾਅਦ ਹੈ। ਜਸਵਿੰਦਰ ਸਿੰਘ ਜੀ ਮਾਲਕ ਨੇ ਬੜੀ ਕਿਰਪਾ ਕੀਤੀ ਹੈ, ਅਸੀਂ ਮਾਲਕ ਦੇ ਅੱਗੇ ਬਿਲਕੁਲ ਬੱਚਿਆਂ ਵਾਂਗ ਹੋ ਜਾਣਾ, ਜਿਵੇਂ ਆਪਾਂ ਛੋਟੇ ਬੱਚੇ ਹੁੰਦੇ ਹਾਂ। ਛੋਟੇ ਬੱਚੇ ਕਿੰਨੇ, ਜਿਹੜਾ 5-6 ਮਹੀਨੇ ਦਾ ਬੱਚਾ ਨਹੀਂ ਹੁੰਦਾ, ਕੁਝ ਵੀ ਨਹੀਂ ਪਤਾ, ਨਾ ਬੋਲਣਾ ਆਉਂਦਾ, ਨਾ ਖਾਣਾ ਆਉਂਦਾ, ਨਾ ਤੁਰਨਾ ਆਉਂਦਾ, ਨਾ ਕੁਝ ਪਾਉਣਾ ਆਉਂਦਾ। ਮਾਲਕ ਦੇ ਅੱਗੇ ਆਪਾਂ ਇਸ ਤਰੀਕੇ ਹੋ ਜਾਣਾ।